ਭਾਰਤੀ ਯੁਵਾ ਮੋਰਚਾ ਵੱਲੋਂ ਆਲ ਇੰਡੀਆ ਦੇ ਸਾਡੇ ਪ੍ਰਧਾਨ ਅਨੁਰਾਗ ਠਾਕੁਰ ਜੀ ਵੱਲੋਂ ਪੂਰੇ ਦੇਸ਼ ਵਿੱਚ ਅੱਜ ਅਨੁਰਾਗ ਠਾਕੁਰ ਜੀ ਵੱਲੋਂ ਮਤਲਬ ਮਸ਼ਾਲ ਯਾਤਰਾ ਕੱਢਣ ਦਾ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਕਿ ਹਰੇਕ ਡਿਸਟ੍ਰਿਕਟ ਹੈੱਡਕੁਆਟਰ 'ਤੇ ਕੀਤੀਆਂ ਜਾਣਗੀਆਂ। ਇਸ ਦਾ ਕਾਰਨ ਇਹ ਹੈ ਵੀ ਹਰੇਕ ਜਗ੍ਹਾ ਤੁਹਾਨੂੰ ਪਤਾ ਵੀ ਭ੍ਰਿਸ਼ਟਾਚਾਰੀ ਬਹੁਤ ਵੱਧ ਚੁੱਕੇ ਆ। ਜਿਸ ਤਰੀਕੇ ਨਾਲ ਪਿਆਜ਼ ਦੇ ਉੱਪਰੋਂ ਫੁੱਲ ਕੁੱਤਰਦੇ ਆ, ਇਸ ਤਰੀਕੇ ਨਾਲ ਸੈਂਟਰ ਸਰਕਾਰ ਵਿੱਚੋਂ ਨਿੱਤ ਨਵੇਂ ਘਪਲੇ ਸਾਹਮਣੇ ਆਉਂਦੇ ਆ, ਉਹਨਾਂ ਨੂੰ ਲੋਕਾਂ ਵਿੱਚ ਲਿਜਾਣ ਲਈ ਅਤੇ ਉਜਾਗਰ ਕਰਨ ਲਈ ਕਿ ਦੇਸ਼ ਦੀ ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਲਈ ਇਹ ਮਸ਼ਾਲ ਯਾਤਰਾ ਕੱਢੀ ਗਈ ਹੈ। ਕੁੱਲ ਕੇਂਦਰ ਸਰਕਾਰ ਨੂੰ ਚੱਲਦੀ ਕਰਨ ਨੂੰ ਇਹੋ ਜਿਹੇ ਪ੍ਰੋਗਰਾਮ ਲਿਖੇ ਜਾਣਗੇ। ਇਸਦਾ ਮਕਸਦ ਇਹ ਹੈ ਕਿ ਸਮਾਜ ਨੂੰ ਜਗਾਉਣ ਦੇ ਲਈ ਨੌਜਵਾਨ ਜਿਹੜਾ ਪਾਰਟੀ ਦੀ ਰੀੜ੍ਹ ਦੀ ਹੱਡੀ ਹੀ ਨਹੀਂ ਦੇਸ਼ ਦੀ ਇੱਕ ਰੀੜ੍ਹ ਦੀ ਹੱਡੀ ਹੈ। ਅੱਜ ਉਹ ਮਸ਼ਾਲ ਜਾ ਕੇ ਲੋਕਾਂ ਨੂੰ ਜਗਾ ਰਹੇ ਨੇ ਕਿ ਦੇਸ਼ ਦੇ ਅੰਦਰ ਜੋ ਮਹਿੰਗਾਈ ਔਰ ਜੋ ਭ੍ਰਿਸ਼ਟਾਚਾਰ ਹੋਇਆ ਔਰ ਜੋ ਕਾਲਾ ਧਨ ਹਿੰਦੁਸਤਾਨ ਤੋਂ ਬਾਹਰ ਇਹਨਾਂ ਨੇ ਰੱਖਿਆ, ਇੱਕ ਤਾਂ ਉਹ ਕਾਲਾ ਧਨ ਵਾਪਸ ਮੰਗਾਉਣ ਦੇ ਲਈ ਤਾਂ ਕਿ ਲੋਕਾਂ ਦੇ ਅੰਦਰ ਉਹ ਪੈਸਾ ਇੱਥੇ ਪਹੁੰਚੇ ਤਾਂ ਕਿ ਲੋਕਾਂ ਨੂੰ ਕੁਛ ਵਧੀਆ ਸਰਕਾਰ ਜਿਹੜੀ ਆ ਠੀਕ ਤਰ੍ਹਾਂ ਦੱਸ ਗਏ। ਮੈਂ ਸਮਝਦਾ ਵੀ ਜਿੰਨਾ ਪੈਸਾ ਹਿੰਦੁਸਤਾਨ ਦਾ ਬਾਹਰ ਹੈ ਅਗਰ ਉਹ ਹਿੰਦੁਸਤਾਨ ਦੇ ਅੰਦਰ ਆ ਜਾਏ, ਜਿੰਨਾ ਹਿੰਦੁਸਤਾਨ ਦਾ ਬਜਟ ਹੈ ਉਸ ਤੋਂ ਚੌਗਣਾ ਬਜਟ ਜਿਹੜਾ ਇਹ ਇਕੱਲਾ ਹੀ ਪੂਰਾ ਕਰ ਦੂਗਾ। ਇੱਕ ਨੰਬਰ ਦੋ, ਜੋ ਭ੍ਰਿਸ਼ਟਾਚਾਰ ਹੋਇਆ ਹੈ ਚਾਹੇ ਉਹ ਦੋ ਜੀ ਘੁਟਾਲਾ ਚਾਹੇ ਉਹ ਆਦਰਸ਼ ਸੁਸਾਇਟੀ ਘੁਟਾਲਾ ਚਾਹੇ ਉਹ ਕਾਮਨਵੈਲਥ ਗੇਮ ਘੁਟਾਲਾ, ਇਹ ਸਾਰੇ ਜਿਹੜੇ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਣਾ ਚਾਹੀਦਾ। ਔਰ ਜਿਹੜੇ ਘੁਟਾਲੇ ਨੇ ਇਹ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਬੱਚੇ ਨੇ ਅੱਜ ਯੁਵਾ ਕਾਰਜਕਰਤਾ ਨੇ ਜੋ ਕਸਮ ਚੱਕੀ ਹੈ ਕਿ ਐਸੀ ਨਿਕੰਮੀ ਔਰ ਐਸੀ ਘਟੀਆ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਘਟੀਆ ਸਰਕਾਰ ਨੂੰ ਅਸੀਂ ਜਨਤਾ ਨੂੰ ਜਗਾ ਕੇ ਇਸ ਨੂੰ ਅੱਜ ਗੱਦੀਆਂ ਤੋਂ ਲਾਹਾਂਗੇ। ਭਾਰਤੀ ਯੁਵਾ ਮੋਰਚਾ ਦੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਸਾਹਿਬਾਨ ਦੋਸਤੋ, ਜਿਵੇਂ ਅਮਰ ਪੁਨੀਆ ਜੀ ਨੇ ਦੱਸਿਆ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਦੇਸ਼ ਪ੍ਰਭੂ